सिद्धू नहीं कर सकते पंजाब का भला, कहा राजेश हनी ने। बीते दिनों पंजाब प्रदेश कांग्रेस कमेटी का नवजोत सिंह सिद्धू को पंजाब प्रधान बनाया गया, जिसके साथ ही 4 कार्यकारी अध्यक्ष भी नियुक्त किए गए। इसके बाद अब भाजपा द्वारा नवजोत सिंह सिद्धू पर तंज कसने शुरू कर दिए गए हैं। भाजपा नेता राजेश हनी का कहना है कि नवजोत सिंह सिद्धू कभी भी पंजाब का भला नहीं कर सकते। उन्होंने कहा कि रेल हादसा पीड़ित लोगों को नवजोत सिंह सिद्धू ने सिर्फ झूठे दिलासे दिए और इसके अलावा कुछ नहीं किया। फिर कभी वे उन परिवारों का हाल जानने नहीं गए। उन्होंने कहा कि नवजोत सिंह सिद्धू का सपना था कि वे पंजाब अध्यक्ष बने। उन्होंने पंजाब अध्यक्ष बनने के बाद भी पंजाब का कुछ भला नहीं करना। ठीक है ना बुरी? हाँ जी, की नाम है? मैं एडवोकेट राजेश कुमार हनी, सचिव भारतीय जनता पार्टी पंजाब। ਜਿਹੜਾ ਨਵਜੋਤ ਸਿੰਘ ਸਿੱਧੂ ਨੂੰ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਲਗਾਇਆ ਗਿਆ ਵਾ, ਕੀ ਲੱਗਦਾ ਵਾ ਕਿ ਹੁਣ ਜਿਹੜੇ ਕੰਮ ਆ ਉਹ ਪੂਰੀ ਤਰ੍ਹਾਂ ਮੁਕੰਮਲ ਹੋ ਪਾਉਣਗੇ? ਮੈਂ ਸਮਝਦਾ ਵਾਂ ਕਿ ਸਭ ਤੋਂ ਪਹਿਲਾਂ ਤਾਂ ਬੜਾ ਹੀ ਦੁਰਭਾਗਯਪੂਰਨ ਹੈ ਕਿ ਨਵਜੋਤ ਸਿੰਘ ਸਿੱਧੂ ਵਰਗੇ ਅਨਾੜੀ ਨੂੰ ਜਿਹੜੀ ਇਹ ਕਾਂਗਰਸ ਪਾਰਟੀ ਨੇ ਪੰਜਾਬ ਦੀ ਕਮਾਨ ਦਿੱਤੀ ਹੈ। ਜਿਹੜਾ ਨਵਜੋਤ ਸਿੰਘ ਸਿੱਧੂ 4.5 ਸਾਲ ਦੇ ਵਿੱਚ ਆਪਣੇ ਪੂਰਵੀ ਵਿਧਾਨ ਸਭਾ ਹਲਕੇ ਦੇ ਵਿੱਚ 4 ਵਾਰ ਵੜ ਨਹੀਂ ਸਕਿਆ, ਜਨਤਾ ਨਾਲ ਕੀਤੇ ਹੋਏ ਵਾਅਦੇ ਨਹੀਂ ਪੂਰੇ ਕਰ ਸਕਿਆ, ਔਰ ਲੋਕਲ ਬਾਡੀ ਮੰਤਰੀ ਪੰਜਾਬ ਦੇ 2.5 ਸਾਲ ਰਿਹਾ, ਔਰ ਪੂਰਵੀ ਹਲਕੇ 'ਚ ਕਿਸੇ ਵੀ ਤਰ੍ਹਾਂ ਦੇ ਵਿਕਾਸ ਜਿਹੜਾ ਉਹ ਕਰਵਾ ਨਹੀਂ ਸਕਿਆ, ਅਤੇ ਅੱਜ ਉਹਨੂੰ ਪੰਜਾਬ ਦੀ ਕਮਾਨ ਦੇਣਾ ਬੜਾ ਹੀ ਮਾੜਾ ਕੰਮ ਹੈ। ਜਿਸ ਤਰ੍ਹਾਂ ਰਾਹੁਲ ਗਾਂਧੀ ਨੂੰ ਸਾਰੇ ਦੇਸ਼ ਅਤੇ ਸਾਰੇ ਵਿਸ਼ਵ 'ਚ ਪੱਪੂ ਕਿਹਾ ਜਾਂਦਾ ਹੈ, ਉਸੇ ਤਰ੍ਹਾਂ ਪੱਪੂ ਨੇ ਵੀ ਆਪਣਾ ਇੱਕ ਨਲਾਇਕ ਚੇਲਾ ਜਿਹੜਾ ਹੈਗਾ ਉਹਨੂੰ ਪੰਜਾਬ ਦੀ ਕਮਾਨ ਦਿੱਤੀ ਹੈ, ਔਰ ਇਸ ਦਾ ਕਾਂਗਰਸ ਦਾ ਕੋਈ ਭਲਾ ਨਹੀਂ ਹੋਣ ਵਾਲਾ, ਔਰ ਨਾ ਹੀ ਪੰਜਾਬ ਦਾ ਕੋਈ ਭਲਾ ਹੋਣ ਵਾਲਾ ਹੈ। ਜਿਸ ਤਰ੍ਹਾਂ ਦੇ ਮੁੱਦੇ ਚੁੱਕੇ ਗਏ ਸੀ ਨਵਜੋਤ ਸਿੰਘ ਸਿੱਧੂ ਵੱਲੋਂ, ਕਾਫੀ ਲੰਮਾ ਘਮਸਾਨ ਚੱਲਿਆ ਕੈਪਟਨ ਅਮਰਿੰਦਰ ਸਿੰਘ ਦੇ ਵਿਚਕਾਰ ਅਤੇ ਨਵਜੋਤ ਸਿੰਘ ਸਿੱਧੂ ਦੇ ਵਿਚਕਾਰ, ਕਿ ਉਹ ਹੁਣ ਜਿਹੜੇ ਮੁੱਦੇ ਚੁੱਕੇ ਸੀ ਉਹ ਮੁੱਦੇ ਜਿਹੜੇ ਆ ਉਹਨਾਂ ਦੇ ਕੰਮ ਮੁਕੰਮਲ ਪੂਰੀ ਤਰ੍ਹਾਂ ਹੋ ਜਾਵੇਗਾ ਹੁਣ? ਨਵਜੋਤ ਸਿੰਘ ਸਿੱਧੂ ਨੂੰ ਮੁੱਦਿਆਂ ਦਾ ਕੋਈ ਮਤਲਬ ਨਹੀਂ ਸੀ, ਬੇਅਦਬੀ ਦਾ ਕੋਈ ਮਤਲਬ ਨਹੀਂ ਸੀ, ਨਸ਼ਾ ਪੰਜਾਬ ਦੇ ਵਿੱਚ ਵੱਧ ਰਿਹਾ ਉਹਨਾਂ ਦਾ ਕੋਈ ਮਤਲਬ ਨਹੀਂ ਸੀ, ਜਿਹੜੇ ਕਾਂਗਰਸ ਦੇ ਵਾਅਦੇ ਕੀਤੇ ਉਹਨਾਂ ਦਾ ਕੋਈ ਮਤਲਬ ਨਹੀਂ ਸੀ। ਨਵਜੋਤ ਸਿੰਘ ਸਿੱਧੂ ਨੂੰ ਸਿਰਫ ਮਤਲਬ ਸੀ ਤਾਂ ਆਪਣੇ ਕਾਂਗਰਸ ਦੇ ਵਿੱਚ ਕਾਂਗਰਸ ਪ੍ਰਧਾਨ ਬਣਨ ਦੇ ਲਈ ਜਾਂ ਕੋਈ ਵੱਡਾ ਅਹੁਦਾ ਲੈਣ ਦੇ ਲਈ ਉਹਨੂੰ ਆਪਣੇ ਨਾਲ ਮਤਲਬ ਸੀ, ਹੋਰ ਕਿਸੇ ਨਾਲ ਕੋਈ ਮਤਲਬ ਨਹੀਂ ਸੀ। ਉਸਨੂੰ ਅਹੁਦਾ ਮਿਲ ਗਿਆ, ਹੁਣ ਇਹ 6 ਮਹੀਨੇ ਅੱਗੇ ਸਰਕਾਰ ਦੇ ਨੇ, ਤੁਸੀਂ ਦੇਖਣਾ ਕਿਸੇ ਵੀ ਤਰ੍ਹਾਂ ਦਾ ਮੁੱਦਾ ਨਵਜੋਤ ਸਿੰਘ ਸਿੱਧੂ ਨਹੀਂ ਚੁੱਕੇਗਾ, ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈਗਾ ਹੈ ਇਹ ਪੰਜਾਬ ਕਾਂਗਰਸ ਨੂੰ ਜਿਹੜਾ ਹੈਗਾ ਉਹ ਬਰਬਾਦ ਕਰ ਦੇਗਾ, ਕਿਉਂਕਿ ਨਵਜੋਤ ਸਿੰਘ ਸਿੱਧੂ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਐਕਸਪੀਰੀਅੰਸ ਨਹੀਂ ਹੈਗਾ, ਔਰ ਨਾਲ ਹੀ ਨਵਜੋਤ ਸਿੰਘ ਸਿੱਧੂ ਮਿਹਨਤ ਕਰਨੀ ਜਾਣਦਾ ਹੈ। ਬਰਗਾੜੀ ਕਾਂਡ, ਬਾਬਲ ਕਲਾ ਕਾਂਡ ਜਿਹੜਾ ਹੋਇਆ ਵਾ ਉਹਦੇ 'ਤੇ ਵੀ ਮੁੱਦਾ ਚੁੱਕਿਆ ਸੀ। ਫਿਰ ਅੰਮ੍ਰਿਤਸਰ ਦੇ ਵਿੱਚ ਜਿਹੜਾ ਵਾ ਰੇਲ ਹਾਦਸਾ, ਬੜਾ ਵੱਡਾ ਰੇਲ ਹਾਦਸਾ ਹੋਇਆ ਸੀ, ਉਸ ਵਕਤ ਵੀ ਨਵਜੋਤ ਸਿੰਘ ਸਿੱਧੂ ਨੇ ਬੜੇ ਵੱਡੇ ਵਾਅਦੇ ਕੀਤੇ ਸੀ, ਕੀ ਲੱਗਦਾ ਵਾ ਕਿ ਉਹ ਹੁਣ ਪੂਰੇ ਹੋ ਜਾਣਗੇ? ਨਵਜੋਤ ਸਿੰਘ ਸਿੱਧੂ ਨੂੰ ਬਰਗਾੜੀ ਕਾਂਡ ਦਾ ਮੁੱਦਾ ਚੁੱਕਿਆ ਹੈ, ਨਿਸ਼ਚਿਤ ਤੌਰ 'ਤੇ ਚੁੱਕਣਾ ਵੀ ਚਾਹੀਦਾ, ਜਿੱਥੇ ਕੋਈ ਬੇਅਦਬੀ ਹੋਈ ਹੈ ਉਸ ਦੀ ਗੱਲ ਕਰਨੀ ਵੀ ਚਾਹੀਦੀ ਹੈਗੀ ਹੈ, ਪਰ ਇਸ ਦੇ ਨਾਲ ਨਾਲ ਨਵਜੋਤ ਸਿੰਘ ਸਿੱਧੂ ਨੂੰ ਰੇਲ ਹਾਦਸੇ ਵਿੱਚ ਜਿਹੜੇ 64 ਲੋਕ ਮਾਰੇ ਗਏ, ਜਿਸ ਦੇ ਵਿੱਚ ਸਾਰੇ ਲੋਕਾਂ ਦਾ ਜਿਹੜਾ ਹੈਗਾ ਉਹ ਅਸਿੱਧੇ ਤੌਰ ਦੇ ਉੱਤੇ ਇਹਦੀ ਸ਼੍ਰੀਮਤੀ ਔਰ ਇਹ ਦੋਸ਼ੀ ਸਨ, ਉਸ ਦਾ ਮੁੱਦਾ ਵੀ ਚੁੱਕਣਾ ਚਾਹੀਦਾ ਹੈਗਾ ਸੀ। ਨਵਜੋਤ ਸਿੰਘ ਸਿੱਧੂ ਨੂੰ ਆਪਣੇ ਹਲਕੇ ਦੇ ਵਿੱਚ ਜਿਹੜੀ ਆਪਣਾ ਵਿਕਾਸ ਨਹੀਂ ਹੋਇਆ ਉਸ ਦਾ ਮੁੱਦਾ ਵੀ ਚੁੱਕਣਾ ਚਾਹੀਦਾ ਹੈਗਾ ਸੀ। ਨਵਜੋਤ ਸਿੰਘ ਸਿੱਧੂ ਨੂੰ ਜਿਹੜਾ 131 ਲੋਕ ਸ਼ਰਾਬ ਪੀਣ ਦੇ ਨਾਲ ਮਾਰੇ ਗਏ ਉਸ ਦਾ ਮੁੱਦਾ ਵੀ ਚੁੱਕਣਾ ਚਾਹੀਦਾ ਹੈਗਾ ਸੀ। ਨਵਜੋਤ ਸਿੰਘ ਸਿੱਧੂ ਨੂੰ ਸ਼ਮਸ਼ਾਨ ਘਾਟ ਦਾ ਜਦੋਂ ਇਹਦੀ ਸ਼੍ਰੀਮਤੀ MLA ਸੀ ਪੂਰਵੀ ਹਲਕੇ ਦੇ ਵਿੱਚ ਨਾਲ CPS ਸੀ, ਉਸ ਵੇਲੇ 27,84,000 ਰੁਪਏ ਦਾ ਵੱਲੇ ਸ਼ਮਸ਼ਾਨ ਘਾਟ ਦੇ ਵਿੱਚ ਘੁਟਾਲਾ ਆਇਆ, ਉਸ ਦਾ ਮੁੱਦਾ ਵੀ ਚੁੱਕਣਾ ਚਾਹੀਦਾ ਹੈਗਾ ਸੀ। ਜੇ ਇਹਦੀ ਸ਼੍ਰੀਮਤੀ ਦੋਸ਼ੀ ਹੈ ਤਾਂ ਉਸਨੂੰ ਸਜ਼ਾ ਦਿਵਾਉਣੀ ਚਾਹੀਦੀ ਸੀ। ਨਵਜੋਤ ਸਿੰਘ ਸਿੱਧੂ ਨੇ ਇਸ ਤਰ੍ਹਾਂ ਦੇ ਕੋਈ ਮੁੱਦੇ ਨਹੀਂ ਚੁੱਕੇ। ਨਵਜੋਤ ਸਿੰਘ ਸਿੱਧੂ ਇੱਕ ਰਾਜਨੀਤਿਕ ਪੱਖੀ ਹੈ, ਆਪਣੀਆਂ ਇੱਛਾਵਾਂ ਜਿਹੜੀਆਂ ਹੈਗੀਆਂ ਪੂਰੀਆਂ ਕਰਨ ਤੋਂ ਬਾਅਦ ਜਿਹੜਾ ਹੈਗਾ ਹੈ ਉਹ ਕਿਤੇ ਹੋਰ ਉੱਡ ਜਾਂਦਾ ਹੈਗਾ ਹੈ, ਔਰ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਪੂਰਵੀ ਵਿਧਾਨ ਸਭਾ ਤੋਂ ਚੁਣਾਵ ਵੀ ਲੜੇਗਾ, ਆਪਣੀ ਸੀਟ ਬਦਲੇਗਾ, ਕਿਉਂਕਿ ਜਦੋਂ 4.5 ਸਾਲ ਜਨਤਾ ਦੀ ਇੱਥੇ ਬਾਤ ਨਹੀਂ ਪੁੱਛੀ, ਜਨਤਾ ਨੂੰ ਪੁੱਛਿਆ ਨਹੀਂ ਗਿਆ, ਜਨਤਾ ਨਾਲ ਕਿਸੇ ਤਰ੍ਹਾਂ ਦਾ ਕੰਮ ਨਹੀਂ ਕੀਤਾ, ਤਾਂ ਇੱਥੋਂ ਚੁਣਾਵ ਵੀ ਜਨਤਾ ਜਿਹੜੀ ਹੈਗੀ ਹੈ ਉਹਨੂੰ ਜਿੱਤ ਕਰਕੇ ਜਾਣ ਨਹੀਂ ਦੇਵੇਗੀ। ਜੇ ਨਵਜੋਤ ਸਿੰਘ ਸਿੱਧੂ ਇੱਥੋਂ ਚੁਣਾਵ ਲੜਨਗੇ ਨਿਸ਼ਚਿਤ ਤੌਰ 'ਤੇ ਹਾਰ ਕੇ ਜਾਣਗੇ। 2022 ਦੀਆਂ ਵੋਟਾਂ ਵੀ ਲੱਗ ਗਏ ਆ ਗਈਆਂ ਨੇ ਅਤੇ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਲਗਾਇਆ ਗਿਆ, ਲੱਗਦਾ ਕਿ ਇਸਦਾ ਕੋਈ ਅਸਰ ਜਿਹੜਾ ਵਾ ਉਹ ਹੋਵੇਗਾ? ਕੋਈ ਅਸਰ ਨਹੀਂ ਹੋਣਾ, ਨਵਜੋਤ ਸਿੰਘ ਸਿੱਧੂ ਦੇ ਬਾਰੇ ਜਨਤਾ ਜਾਣਦੀ ਹੈ। ਨਵਜੋਤ ਸਿੰਘ ਸਿੱਧੂ ਕਿਸੇ ਨੂੰ ਨਾਲ ਲੈ ਕੇ ਕਦੀ ਚੱਲੇ ਨਹੀਂ, ਨਾ ਹੀ ਕਦੀ ਨਾਲ ਲੈ ਕੇ ਚੱਲ ਸਕਦੇ ਨੇ, ਨਾ ਹੀ ਕਿਸੇ ਨਾਲ ਸਹਿਮਤੀ ਬਣਾ ਸਕਦੇ ਨੇ। ਨਵਜੋਤ ਸਿੰਘ ਸਿੱਧੂ ਪੰਜਾਬ ਕਾਂਗਰਸ ਦੇ ਪ੍ਰਧਾਨ ਜਿਹੜੇ ਹੈਗੇ ਨੇ ਉਹ ਸਾਜ਼ਿਸ਼ਾਂ ਕਰਕੇ ਬਣ ਗਏ ਨੇ, ਹੁਣ ਆਉਣ ਵਾਲੇ ਸਮੇਂ ਦੇ ਵਿੱਚ
उन्होंने इस तरह झूठ बोल के साजिशा करके जिहड़ा हैगा पंजाब दे मुख्यमंत्री दा पद जिहड़ा हैगा हथियाना हैगा है। लेकिन जनता इन्हां दीआं इस तरह दी जिहड़ी हैगीआं बेवकूफियां नूं जिहड़ा हैगा बर्दाश्त नहीं कर रही। जनता हुण पंजाब दी बहादुर जनता जिहड़ी हैगी है, चाहे कैप्टन अमरिंदर सिंह होवे, चाहे नवजोत सिंह सिद्धू होवे, चाहे कोई भी कांग्रेसी होवे, इन्हां कोल मूर्ख नहीं बनेगी। इन्हां नूं जिहड़ा हैगा उह बाहर दा रस्ता आने वाले समय च जल्दी दिखाएगी। मैं जी संजीव कुमार, जिला प्रधान भारतीय जनता पार्टी SC मोर्चा अमृतसर। की कहना चाहोगे जी जिहड़ा नवजोत सिंह सिद्धू नूं प्रदेश कांग्रेस दा प्रधान लगाया गया, लगदा कि जिहड़े हुण जिहड़े काम आ उह पूरे हो जाणगे? जिहड़ी पंजाब दी कांग्रेस है उहनां दा पहला इतिहास रहा वा, हमेशा उहनां ने पंजाबियां नाल पंजाब वासियां नाल छल कपट कीता वा, और हमेशा इहनां ने लोकां नूं वरगला के सरकार दे विच आउण लई प्रयास हर वेले प्रयास कीता है, जो कि जिहड़ी कांग्रेस सरकार है हमेशा जनता नूं ठग के इन्हां ने सत्ता प्राप्त की है। तुसीं पिछले इलैक्शनां विच वेख्या वा कि कांग्रेस सरकार ने लोगों नाल बहुत ही लोक लुभावने वादे किए, जिस दे विच साडे पंजाब दी भोली भाली जनता फस गई, पर इन्हां ने उन्हां वादियां विचों एक भी वादा पूरा नहीं किया। मैं तो पहला सब तो पहला नवजोत सिंह सिद्धू साहब नूं पुछना चाहुंदा वा कि तुसीं पंजाब कांग्रेस कमेटी के प्रधान बने हो, मैं तुहानूं वधाई देना वा, पर क्या तुसीं जिहड़ा हुण आने वाला चुनाव है वह जो चुनाव के मैनीफेस्टो जो तुम वादे करोगे वो कांग्रेस पार्टी के वादे होणगे कि नवजोत सिंह सिद्धू के वादे होणगे? क्योंकि नवजोत सिंह सिद्धू जी जिहड़े अपने हल्के दे विच जिहड़ा एक सब तो हिंदुस्तान का भयानक रेल हादसा होया वा, उन्हां लोगों तो अज तक इंसाफ दवा नहीं पाए, ये पंजाब नूं की इंसाफ दवाणगे? इन्हां ने जो प्रधान बनने तो पहला की गल है कि इन्हां ने बरगाड़ी बारे बहबल कला बारे जिहड़े साडे गुरुआं की बेअदबी हुई है उन्हां बारे बड़ा बोलिया, पर जदों प्रधान बने उत्थे मत्था टेकन क्यों नहीं गए? इन्हों तो उस वेले जाना चाहिए ही, और उन्होंने बारे बोलना चाहिए ही कि मैं बरगाड़ी के जोड़े दोषी ने जां बहबल कला कांड के जोड़े दोषी ने उन्होंने मैं सज़ा दवावगा, पर उस कभी नहीं बोले, क्योंकि हम इन्हों की सिर्फ लड़ाई सी कुर्सी तक, इन्हों अपनी कुर्सी मिल गई है और इन्होंने हम सारे जोड़े पंजाब के दुख ने तकलीफा ने सब भुल जानिया ने। ये जी सब एको थाली के दोवें चट्टे बट्टे ने, पंजाब नूं लुट्टण दा सिर्फ एक मात्र इन्हां ने एक ढंग लभ्या वा, क्योंकि पंजाब दे जनता नाल जिहड़े इन्हां ने वादे पूरे किते सी उहदे पूरे नहीं किते, और जनता दा जिहड़ा ध्यान भटकाउण वास्ते इन्हां ने एक नवां शगुफा कांग्रेस ने छेड़ता वा कि कैप्टन ने ते वादे पूरे नहीं किते, हुण सिद्धू दा चेहरा अगे कर दो कि शायद जनता इन्हां दे वरगलावे च आ जाए। पर पंजाब दी जनता हुण बहुत समझदार है, किसी भी झूठे वादे आने वाली नहीं आ, उन्होंने जन जी कांग्रेस की नीतियां बारे पता लग गया कि उपर जे बैठे हाईकमांड है सिर्फ वो जे अपने प्यादे फिट कर दिए पंजाब नूं लुटन वास्ते, इस तो सिवा होर कुछ नहीं है। काम पूरे हो जाएंगे जे वादे करते रहे नवजोत सिंह सिद्धू? वादे तुम वेखो जी, 4.5 साल बीत गए है, ये भी कैबिनेट मंत्री रहे हैं, कैबिनेट मंत्री रेंदे इन्होंने कुछ नहीं किया, इन्हों बड़ा वधिया महकमा पावर जिहड़ा पंजाब का बिजली नाल रिलेटेड महकमा मिलिया, जे इन्हां दी जनता की सेवा करन दी मनसा सी तो उत्थे बह के बड़ा वधिया काम कर सकते ही, पर इन्हां दी कदी भी मनसा जनता की सेवा करने रही, सिर्फ एक कुर्सी दी इन्हां लड़ाई रही है। हुण तुसीं देखी वेखो 6 महीने बाद, 6 महीने की गल है, तुसीं इत्थे वेखना कांग्रेस आपस च जुत्तो जुत्ती होएगी। ਜਿਹੜੇ ਰੇਲ ਹਾਦਸੇ 'ਚ ਮਰੇ ਸੀ ਲੋਕ ਉਹਨਾਂ ਦੇ ਬੱਚਿਆਂ ਨੂੰ ਗੋਦ ਵੀ ਲਿਆ ਗਿਆ ਸੀ ਨਵਜੋਤ ਸਿੰਘ ਸਿੱਧੂ ਵੱਲੋਂ, ਠੀਕ ਹੈ ਨਾ ਤੁਹਾਡਾ? ਮੈਂ ਤਾਂ ਤੁਹਾਨੂੰ ਦੇਖੋ ਪਹਿਲਾਂ ਹੀ ਕਿਹਾ ਵਾ ਕਿ ਜਿਹੜੀ ਕਾਂਗਰਸ ਦੀ ਲੀਡਰਸ਼ਿਪ ਹੈ ਉਹ ਸਿਰਫ ਸੱਤਾ ਵਾਸਤੇ ਆਉਂਦੀ ਹੈ। ਭਾਰਤੀ ਜਨਤਾ ਪਾਰਟੀ ਇੱਕ ਐਸੀ ਪਾਰਟੀ ਹੈ ਜਿਹੜੀ ਪਦ ਵਾਸਤੇ ਜਾਂ ਕੁਰਸੀ ਵਾਸਤੇ ਰਾਜਨੀਤੀ 'ਚ ਨਹੀਂ ਆਉਂਦੀ, ਸਾਡੇ ਵਾਸਤੇ ਰਾਜਨੀਤੀ ਇੱਕ ਸੇਵਾ ਦਾ ਮਾਧਿਅਮ ਹੈ, ਜਦਕਿ ਕਾਂਗਰਸ ਵਾਸਤੇ ਜਿਹੜੀ ਰਾਜਨੀਤੀ ਹੈ ਉਹ ਲੁੱਟਣ ਦਾ ਮਾਧਿਅਮ ਹੈ। ਤੁਸੀਂ ਦੇਖਿਆ ਵਾ ਕਿ ਜਿਹੜੇ ਰੇਲ ਹਾਦਸੇ 'ਚ ਲੋਕ ਮਰੇ ਨੇ ਉਹਨਾਂ ਨੂੰ ਅੱਜ ਤੱਕ ਇਨਸਾਫ ਨਹੀਂ ਮਿਲਿਆ, ਕਿਸੇ ਨੂੰ ਕੋਈ ਨੌਕਰੀ ਨਹੀਂ ਮਿਲੀ, ਸਿਰਫ ਚੰਦ ਲੋਕਾਂ ਨੂੰ ਜਿਹੜੇ ਇਹਨਾਂ ਚਹੀਤੇ ਸੀ ਜਿਹੜੇ ਇਹਨਾਂ ਦਾ ਅਪਰੋਚ ਕੀਤੀ ਜਿਨ੍ਹਾਂ ਨੇ, ਉਹ 2-4 ਲੋਕਾਂ ਨੂੰ ਇਹਨਾਂ ਨੇ ਛੋਟੇ ਮੋਟੇ ਚੈੱਕ ਦੇ ਕੇ ਅਤੇ ਬਸ ਕਹਿੰਦੇ ਨਾ ਇੱਕ ਲੀਪਾ ਪੋਤੀ ਵਾਲਾ ਕੰਮ ਕੀਤਾ ਹੈ।